ਕੀ ਹਾਲ ਮੇਰੇ ਭਰਾਵਾਂ ਦਾ ਤੁਹਾਡੇ ਨਵਾਂ ਵਲੌਗ ਲੈ ਕੇ ਆਏ ਹਾਂ ਆਪਾਂ ਅਤੇ ਥੈਂਕਸ ਟੂ ਆਲ ਤੁਸੀਂ ਮੇਰੇ ਯੂਟਿਊਬ ਚੈਨਲ ਦੇ 2000 ਸਬਸਕ੍ਰਾਈਬਰ ਮੇਰੇ ਕੰਪਲੀਟ ਹੋ ਗਏ ਨੇ ਅਤੇ ਅੱਜ ਆਪਾਂ ਵਲੌਗ ਬਣਾਉਣ ਲੱਗੇ ਹਾਂ ਤੁਹਾਨੂੰ ਖਾਣੇ ਹਾਂ ਆਪਾਂ ਅੱਜ ਅਤੇ ਠੰਡ ਬੜੀ ਵੇਖੋ ਜਿਵੇਂ ਝੱਟ ਜੀ ਸਾਰਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੁੰਡਾ ਕਹਿੰਦਾ ਵਲੌਗ ਬਣਾਉਣਾ ਮੈਂ ਅੱਜ ਬਣਾ ਨਹੀਂ ਲਿਆ ਟਰੈਕਟਰ ਅਜੇ ਅਸੀਂ ਘਰ ਵਾਸ਼ਿੰਗ ਕਰਨ ਡਏ ਹਾਂ ਅਤੇ ਮਤਲਬ ਪਹਿਲਾਂ ਕੀਤਾ ਸੀ ਸਾਫ਼ ਤਰ੍ਹਾਂ ਅੱਛੀ ਤਰ੍ਹਾਂ ਵਾਸ਼ਿੰਗ ਹੋਇਆ ਨਹੀਂ ਸੀ ਅਤੇ ਮੈਂ ਕਿਹਾ ਚੱਲ ਵਾਸ਼ਿੰਗ ਕਰ ਦਈਏ ਅਤੇ ਆਪਾਂ ਘਰ ਲਿਆਂਦਾ ਵਾਸ਼ਿੰਗ ਕਰਨਾ ਇਹਨੇ ਕਈ ਟਰੈਕਟਰ ਟਰੂਟਰ ਸਾਫ਼ ਆ ਅਤੇ ਅੱਜ ਤੁਹਾਨੂੰ ਪਤਾ ਦੋ ਜੂਨ ਦੇ ਟਰੈਕਟਰ ਨੇ ਇੱਕ ਆਪਾਂ ਪਹਿਲੇ ਧੋ ਅਸੀਂ ਟਰੈਕਟਰ ਘਰ ਵਾਸ਼ਿੰਗ ਕਰਨ ਪਏ ਹਾਂ ਅਤੇ ਇੱਕ ਹੋਰ ਜੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੇ ਚੈਨਲ ਨੂੰ ਜ਼ਿਆਦਾ ਫੋਲੋ ਕਰੋ ਲਾਈਕ ਕਰੋ ਅਤੇ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਮੁੰਡਾ ਕਮੈਂਟ ਕਰੋਗੇ ਕੋਈ ਨਵੇਂ ਤੋਂ ਨਵੇਂ ਤੁਹਾਨੂੰ ਵਲੌਗ ਬਣਾ ਹੋਰ ਵਿਖਾਏਗਾ ਵੀਡੀਓ ਬਣਾ ਕੇ ਆਪਾਂ ਜ਼ਿੰਮੇਦਾਰ ਬੰਦੇ ਹਾਂ ਯਾਰ ਜਿਹੜੇ ਜਿਹੜੇ ਜ਼ਿੰਮੇਦਾਰ ਚੀਜ਼ਾਂ ਨਾਲ ਆਪਾਂ ਰਿਲੇਟਡ ਆ ਉਹ ਤੁਹਾਨੂੰ ਵੀਡੀਓ ਪਾਉਂਦੇ ਰਹਾਂ ਕਰਾਂਗੇ ਧੰਨਵਾਦ ਜੀ ਮਿਹਰਬਾਨੀ ਹੁਣ ਟਰੈਕਟਰ ਤੋਂ ਨਾ ਮੁੰਡਾ ਵਲੌਗ ਬਣਾਉਂਦਾ ਰਹੇਗਾ ਤੁਹਾਨੂੰ ਦੱਸਦਾ ਰਹੇਗਾ ਵੀ ਕਿਹੜੀ ਕਿਹੜੀ ਚੀਜ਼ ਕਿਵੇਂ ਕਿਵੇਂ ਅਤੇ ਕੁਝ ਅੱਜ ਧੋਣ ਦਾ ਟਰੈਕਟਰ ਮੇਨ ਮਕਸਦ ਇਹ ਵੇ ਸਾਨੂੰ ਪਿੰਡ ਦੀ ਸੇਵਾ ਮਿਲੀ ਸੀ ਸਾਡੇ ਪਿੰਡ ਬਾਂਸੇ ਵਾਲੇ ਨਗਰ ਵਾਲਿਆਂ ਨੇ ਅੱਜ ਦਾਣਾ ਪਾਣੀ ਹਾਈਵੇ ਦੇ ਉੱਤੇ ਦੁੱਧ ਦੀ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿੱਚ ਲੰਗਰ ਲਾਇਆ ਉੱਥੇ ਟਰੈਕਟਰ ਲੈ ਕੇ ਚੱਲਾਂ ਵਾਂ ਅਤੇ ਸੇਵਾ ਵਿੱਚ ਮਤਲਬ ਦੋ ਤਿੰਨ ਦਿਨ ਉੱਥੇ ਲਾਉਣੇ ਨੇ ਮੈਂ ਚਲੋ ਇੱਕ ਧੋਤਾ ਕਿ ਚੀਜ਼ ਵਧੀਆ ਲੱਗਦੀ ਜੇ ਆਪਾਂ ਲੈ ਕੇ ਜਾਈਏ ਅਤੇ ਤਾਂ ਕਰਕੇ ਸਾਰਿਆਂ ਨੂੰ ਧੰਨਵਾਦ ਮਿਹਰਬਾਨੀ ਥੈਂਕ ਯੂ ਧੁੰਦ ਗਈ ਉੱਤਰ ਹੁਣ ਆ ਗਿਆ ਸਹੀ ਸਾਫ ਮੌਸਮ ਹੋ ਗਿਆ ਹੋਰ ਵੀ ਧੁੱਪ ਨਿਕਲਾਏਗੀ ਗੱਲ ਕੀ ਹੋਈ ਸੀ ਟਰੈਕਟਰ ਸਾਡਾ ਜਾਂਦਾ ਸੀ ਸੁਪਰ ਸੀਟਰ ਘਰ ਨੂੰ ਵਾਪਸ ਆਉਂਦਾ ਪਿਆ ਸੀ ਕਿਧਰੇ ਕੰਮ ਕਰਕੇ ਤੇ ਆਹ ਵਾਲੇ ਮੇਨ ਪਾਈਪ ਪਾਟ ਗਈ ਇੱਥੋਂ ਅਤੇ ਉਹ ਡਰਾਈਵਰ ਸੀ ਪਿੰਡ ਦਾ ਰੱਖਿਆ ਚਾਚਾ ਲੱਗਦਾ ਸਾਡਾ ਰਾਜੂ ਨਾ ਉਹਦਾ ਅਤੇ ਉਹਨੇ ਕੀ ਕੀਤਾ ਉਹਨੇ ਵੇਖਿਆ ਕੋਈ ਨਹੀਂ ਸੀ ਅਤੇ ਉਹ ਪਾਈਪ ਪਾਟ ਕੇ ਸਾਰਾ ਤੇਲ ਲੱਗ ਗਿਆ ਉਹਦੇ ਨਾਲ ਸਾਰੀ ਚਿਕਨਾਈ ਹੋਈ ਹੈ ਨਾ ਲਿੰਦੀ ਹੈ ਨਾ ਸਾਰੀ ਚਿਕਨਾਈ ਹੈ ਆਵੇ ਅਜੇ ਵੀ ਤੇਲ ਸੀ ਹਲ ਸੀਅਲ ਦਾ ਨਾ ਲੈਂਦਾ ਪਿਆ ਲੋਕ ਉੱਪਰ ਤੱਕ ਫਾਈਬਰ ਸਾਰਾ ਇਹਨੇ ਭਰ ਦਿੱਤੀ ਸੀ ਹੁਣ ਫਿਰ ਅਸੀਂ ਕੀ ਕੀਤਾ ਨੇ ਧੋਂਦੇ ਹਾਂ ਡੀਜ਼ਲ ਮਾਰ ਮਾਰ ਕੇ ਇਹਨੂੰ ਅਤੇ ਇਹਦੇ 'ਚ ਘੱਟੋ ਘੱਟ ਮਤਲਬ 50 ਲੀਟਰ ਤੇਲ ਆਇਆ ਸੀ ਵਿੱਚ ਫਿਰ ਸੀਅਲ ਪਾਇਆ ਸੀ ਚਲੋ ਨੁਕਸਾਨ ਤਾਂ ਜਿਹਦੇ ਕਿਸੇ ਵੱਸ ਨਹੀਂ ਹੈਗਾ ਜੋ ਹੋ ਗਿਆ ਹੋ ਗਿਆ ਸਾਰੀ ਚਿਕਨਾਈ ਉਹਦੀ ਲੱਗੀ ਹੋਈ ਹੈ ਭਰਾਵਾ ਹੁਣ ਆਪਾਂ ਧੋਣ ਕੇ ਗੱਡੀ ਬੜੇ ਦਿਨ ਹੋ ਕੇ ਧੋਤੀ ਘੁੰਨੀ ਸੀ ਲਿਬੜ ਵੀ ਬੜਾ ਗਈ ਸੀ ਗੱਡੀ ਭਰਾਵਾ ਆਪਾਂ ਗੱਡੀ ਹੁਣ ਧੋਣ ਲੱਗ ਗਏ ਹਾਂ ਬੜੀ ਗੰਦੀ ਚਾਹੀਦੀ ਹੋਈ ਸੀ ਮਸ਼ੀਨ ਧੋਂਦੇ ਪਏ ਹਾਂ ਗੱਡੀ ਭਰਾਵੋ ਕਰ ਦਿੱਤੀ ਆਪਾਂ ਸਾਫ਼ ਅੰਦਰ ਵੀ ਕਰਤੀ ਕਰਤੀ ਬਾਹਰੋਂ ਵੀ ਸਾਫ਼ ਵੇਖੋ ਜੀ ਹੁਣ ਆਪਾਂ ਅੰਦਰ ਧਰ ਦਾਂਗੇ ਮੈਟ ਉਹ ਧੋਤੇ ਨੇ ਆਪਾਂ ਕਰਤੀ ਗੱਡੀ ਆਪਾਂ ਅੰਦਰੋਂ ਸਾਫ਼ ਮੈਟ ਪਿਆ ਆਪਣੇ ਹੁਣ ਧਰ ਦੇਣਾ ਮੈਂ ਗੱਡੀ ਖਰ ਦਿੱਤੀ ਭਰਾਵੋ ਆਪਾਂ ਇੱਥੇ ਟਰੈਕਟਰ ਆਪਣਾ ਖਲੋਤੇ ਨੂੰ ਪਾਤੇ ਤਰਪਾਲ ਤਰਪਾਲਾ ਪਿਆ ਗੱਡੀ ਤਰਪਾਲ ਵੀ ਪਾ ਦਾਂਗੇ ਆਪਾਂ ਵਲੌਗ ਦੀ ਐਂਡਿੰਗ ਦੱਸਿਆ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ 'ਚ ਅਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਜੇ ਅਤੇ ਥੈਂਕਸ ਟੂ ਆਲ ਦੁਆਰਾ ਆਪਾਂ ਫਿਰ ਰੱਖ ਦਿੰਦੇ ਹਾਂ ਤੁਸੀਂ 2000 ਸਬਸਕ੍ਰਾਈਬਰ ਕਰਾ ਤਾ ਥੈਂਕਸ ਟੂ ਆਲ ਸਾਰੇ ਭਰਾਵਾਂ ਮੇਰਿਆਂ ਨੂੰ ਜਿਨ੍ਹਾਂ ਨੇ ਕੀਤਾ ਸਪੋਰਟ ਕੀਤਾ ਇਹਨਾਂ ਦੇ ਸਬਸਕ੍ਰਾਈਬ ਕੀਤਾ ਹੈ ਮਿਲਣੇ ਕਿ ਨਵੇਂ ਵਲੌਗ ਨਾਲ ਕਿ ਨਵੇਂ ਕੰਟੈਂਟ ਨਾਲ ਥੈਂਕਸ ਟੂ ਵਾਚਿੰਗ ਦਿਸ ਵਲੌਗ ਬਾਏ